ਐਕਟ੍ਰੈਸਿਸ ਨੂੰ ਸਿਰਫ ਇੱਕ ਰੋਲ ਦੇ ਕੇ ਉਹਨੂੰ ਯੂਜ਼ ਕਰਕੇ ਖਤਮ ਕਰ ਦਿੱਤਾ ਜਾਂਦਾ ਆ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਜਿਹੜਾ ਮਰਦ ਨੂੰ ਡੋਮੀਨੇਟਿੰਗ ਸੋਸਾਇਟੀ ਨਾ ਆਪਣੀ, ਇਕੱਲੀ ਐਕਟ੍ਰੈਸਿਸ ਦੀ ਨਹੀਂ ਗੱਲ ਕਰਦੀ ਮੈਂ, ਹਰ ਇੱਕ ਕਿੱਤੇ ਦੇ ਵਿੱਚ, ਅੱਜ ਮੈਂ ਧਰਨੇ ਦੇ ਵਿੱਚ ਜਾਂ ਸੋਸ਼ਲ ਐਕਟਿਵਿਜ਼ਮ ਦੇ ਵਿੱਚ ਕਿਤੇ ਵੀ ਕਿਤੇ ਰੋਲ ਅਦਾ ਕੀਤਾ ਹੋਵੇ, ਲੋਕ ਮੁੰਡਿਆਂ ਨੂੰ ਜ਼ਿਆਦਾ ਮਹੱਤਵਤਾ ਦਿੰਦੇ ਆ ਕੁੜੀਆਂ ਨਾਲੋਂ।